ਸਤਿ ਸ਼੍ਰੀ ਅਕਾਲ ਐਵਰੀਬਡੀ, ਵੈਲਕਮ ਬੈਕ ਟੂ ਮਾਈ ਵਲੌਗ। ਅਤੇ ਗਾਇਜ਼, ਮੈਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਅਤੇ ਅੱਜ ਮੈਂ ਤੁਹਾਨੂੰ ਕੁਛ ਨਵੀਂ ਚੀਜ਼ ਦਿਖਾਵਾਂਗਾ ਅਤੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਵਾਂਗਾ, ਸਪੈਸ਼ਲੀ ਉਹਨਾਂ ਦੇ ਲਈ ਜਿਹੜੇ ਕੈਨੇਡਾ ਹਲੇ ਜਿਨ੍ਹਾਂ ਨੇ ਆਉਣਾ ਹੈ। ਠੀਕ ਹੈ, ਰਿਗਾਰਡਿੰਗ ਟਰੈਵਲਿੰਗ ਦੇ ਰਿਗਾਰਡਿੰਗ ਦਿਖਾਵਾਂਗਾ, ਕਿਵੇਂ ਆਪਾਂ ਲੋਕਲ ਬੱਸਿਸ 'ਚ ਕਿਵੇਂ ਟਰੈਵਲ ਕਰ ਸਕਦੇ ਹਾਂ। ਅਤੇ ਅੱਜ ਫਿਰ ਆਪਾਂ ਆਪਣਾ ਨਵਾਂ ਵਲੌਗ ਸ਼ੁਰੂ ਕਰੀਏ ਅਤੇ ਥੋੜ੍ਹੀ ਜਿਹੀ ਤੁਹਾਨੂੰ ਇਨਫੋਰਮੇਸ਼ਨ ਵਧੀਆ ਦੇਵਾਂਗੇ ਆਪਾਂ। ਆ ਜਾਓ ਫਿਰ। ਗਾਇਜ਼, ਅੱਜ ਤੁਸੀਂ ਦੇਖ ਸਕਦੇ ਹੋ ਮੌਸਮ ਬੜਾ ਘੈਂਟ ਹੋਇਆ ਹੋਇਆ ਹੈ ਨਾ, ਜਿਵੇਂ ਕਿ ਨਾ ਜਿਵੇਂ ਆਪਾਂ ਇੰਡੀਆ 'ਚ ਦੇਖਦੇ ਹਾਂ ਨਾ, ਜਿਹੜੀ ਉੱਥੇ ਦੀ ਸਮਰਸ ਹੁੰਦੀਆਂ ਉਹ ਵਾਲੀਆਂ ਡਿਫਰੈਂਟ ਹੁੰਦੀਆਂ ਨੇ। ਡਿਫਰੈਂਟ ਐਵੇਂ ਕਿ ਉੱਥੇ ਯਾਰ ਬਾਹਲਾ ਪਸੀਨਾ ਆਉਂਦਾ ਹੈ, ਠੀਕ ਹੈ, ਹਿਊਮਿਡਿਟੀ ਵਾਲੀ ਹੁੰਦੀ ਹੈ, ਠੀਕ ਹੈ, ਅਤੇ ਬੰਦਾ ਵੈਸੇ ਹੀ ਸਮਰਸ 'ਚ ਬਾਹਰ ਜਾਣ 'ਤੇ ਕਤਰਾਈ ਜਾਂਦਾ। ਪਰ ਇੱਥੇ ਨਹੀਂ ਹੈਗਾ, ਇੱਥੇ ਯਾਰ ਟੋਟਲੀ ਅਲੱਗ ਤਰ੍ਹਾਂ ਦੀ ਸਮਰਸ ਨੇ। ਠੀਕ ਹੈ, ਜਿਵੇਂ ਹੁਣ ਮੈਂ ਬਾਹਰ ਘੁੰਮਦਾ ਪਿਆ, ਨੋ ਡਾਊਟ ਧੁੱਪ ਹੁੰਦੀ ਹੈ, ਪਰ ਇੰਨਾ ਵੀ ਕਹਿ ਦਈਏ ਪਸੀਨਾ ਨਹੀਂ ਆਉਂਦਾ ਹੈਗਾ। ਇਹ ਨੋਰਮਲੀ ਬੰਦਾ ਈਜ਼ਲੀ ਟਰੈਵਲ ਕਰ ਸਕਦਾ। ਅਤੇ ਇੱਥੇ ਲੋਕ ਸਮਰ 'ਚ ਇੰਜੋਏ ਕਰਦੇ ਨੇ, ਲੋਕ ਬਾਹਰ ਜਾਂਦੇ ਨੇ, ਘੁੰਮਣ ਫਿਰਨ ਜਾਂਦੇ ਨੇ, ਹੈ ਨਾ, ਮਤਲਬ ਨਵੀਂ ਨਵੀਂ ਥਾਵਾਂ ਐਕਸਪਲੋਰ ਕਰਦੇ ਨੇ। ਈਵਨ ਕਿ ਇੱਥੇ ਜੇ ਏ ਸੀ ਵੀ ਨਾ ਚੱਲਦਾ ਹੋਵੇ ਤਾਂ ਵੀ ਬੰਦਾ ਸਾਰ ਲੈਂਦਾ ਹੈ, ਕੋਈ ਵੱਡੀ ਗੱਲ ਨਹੀਂ ਹੈਗੀ। ਅੰਦਰਾਂ 'ਚ ਤਾਂ ਮੇਰੇ ਹਿਸਾਬ ਨਾਲ ਤਾਂ ਜਦੋਂ ਬੰਦਾ ਘਰ ਦੇ ਅੰਦਰ ਹੁੰਦਾ ਉਸ ਟਾਈਮ ਤਾਂ ਠੰਡ ਲੱਗਦੀ ਰਹਿੰਦੀ ਹੈ, ਬਟ ਬੰਦਾ ਇੰਜੋਏ ਵਾਕ ਕਰਦਾ ਇੱਥੇ, ਸਪੈਸ਼ਲੀ ਸਮਰਸ। ਬਾਕੀ ਆਪਾਂ ਹਾਲੇ ਵਿੰਟਰ ਫੇਸ ਨਹੀਂ ਕੀਤੀਆਂ, ਉਹ ਜਦੋਂ ਆਉਂਗੀ ਉਦੋਂ ਦੀ ਗੱਲਾਂ ਨੇ, ਠੀਕ ਹੈ, ਬਟ ਆਪਾਂ ਹੁਣ ਸਮਰਸ 'ਚ ਹੈਗੇ ਹਾਂ ਅਤੇ ਆਪਾਂ ਸਮਰਸ ਇੰਜੋਏ ਕਰਨੀ ਆ ਆਪਾਂ। ਅਤੇ ਅੱਜ ਮੈਂ ਤੁਹਾਨੂੰ ਦਿਖਾਵਾਂਗਾ ਕਿ ਆਪਾਂ ਬੱਸ 'ਚ ਕਿਵੇਂ ਟਰੈਵਲ ਕਰਨਾ ਹੈ, ਠੀਕ ਹੈ। ਅਤੇ ਟਰੈਵਲ ਕਰਨ ਦੇ ਲਈ ਤੁਹਾਨੂੰ ਇੱਕ ਪਾਸ ਚਾਹੀਦਾ ਹੁੰਦਾ ਹੈ, ਜੇ ਪਾਸ ਨਹੀਂ ਹੈਗਾ ਤੁਹਾਡੇ ਕੋਲ ਤਾਂ ਫਿਰ ਤੁਸੀਂ ਕੋਇਨਸ ਵੀ ਯੂਜ਼ ਕਰ ਸਕਦੇ ਹੋ। ਪਾਸ ਹੁੰਦਾ ਹੈ ਜਿਹਨੂੰ ਪ੍ਰੈਸਟੋ ਪਾਸ ਕਿਹਾ ਜਾਂਦਾ ਹੈ, ਠੀਕ ਹੈ। ਅਤੇ ਇਹ ਮਤਲਬ ਆਲ ਓਵਰ ਟੋਰੋਂਟੋ, ਜਿਵੇਂ ਮੈਂ ਹੁਣ ਟੋਰੋਂਟੋ ਰੀਜਨ 'ਚ ਰਹਿੰਦਾ ਅਤੇ ਇਹਦੇ ਵਿੱਚ ਮੈਂ ਟੋਰੋਂਟੋ 'ਚ ਜਿਹੜੇ ਟੀ ਟੀ ਸੀ ਬੱਸਿਸ ਹੁੰਦੀਆਂ ਉਹਨਾਂ 'ਚ ਵੀ ਟਰੈਵਲ ਕਰ ਸਕਦਾ ਮੈਂ, ਅਤੇ ਸਬਵੇ 'ਚ ਵੀ ਟਰੈਵਲ ਕਰ ਸਕਦਾ ਇਹ ਪਾਸ ਦੇ ਨਾਲ। ਅਤੇ ਪਾਸ ਆਈ ਗੈਸ $150 ਦਾ ਬਣਦਾ ਹੈ, ਮਤਲਬ ਮੰਥਲੀ ਪਾਸ ਹੁੰਦਾ ਜਿਹੜਾ। ਅਤੇ ਤੁਸੀਂ ਜੇ ਮੰਥਲੀ ਨਹੀਂ ਪਵਾਉਣਾ ਤਾਂ ਇਹਨਾਂ ਦਿਨਾਂ ਦੇ ਹਿਸਾਬ ਨਾਲ ਵੀ ਪਵਾ ਸਕਦੇ ਹੋ, ਤੁਹਾਡੀ ਮਰਜ਼ੀ ਹੈ, ਬਟ ਮੈਂ ਮੰਥਲੀ ਪਵਾਇਆ ਹੋਇਆ ਹੈ। ਜਦੋਂ ਤੁਸੀਂ ਇੱਥੇ ਰੋਡ ਕ੍ਰੋਸ ਕਰਨੀ ਹੈ, ਉਹ ਦੇਖੋ ਹੱਥ ਦਾ ਨਿਸ਼ਾਨ ਬਣਿਆ ਹੋਇਆ, ਇਹਦਾ ਮਤਲਬ ਹੈ ਵੀ ਇਹ ਤੁਸੀਂ ਹਲੇ ਚੱਲ ਨਹੀਂ ਸਕਦੇ ਇੱਥੇ ਤੋਂ, ਠੀਕ ਹੈ। ਇੱਕ ਇੱਥੇ 'ਤੇ ਤੁਸੀਂ ਆਹ ਕਰਨਾ, ਬਟਨ ਦਬਾਉਣਾ ਆਡੀਓ ਸਿਗਨਲ ਦੇ ਲਈ, ਠੀਕ ਹੈ। ਹੁਣ ਤੁਹਾਡੀ ਅੱਗੇ ਕਾਊਂਟਡਾਊਨ ਸਟਾਰਟ ਹੋ ਜਾਣਾ, ਫਿਰ ਆਪਾਂ ਅੱਗੇ ਟਰੈਵਲ ਕਰ ਸਕਦੇ ਹਾਂ, ਮਤਲਬ ਜ਼ੈਬਰਾ ਕ੍ਰੋਸਿੰਗ ਦੇ ਥਰੂ ਆਪਾਂ ਕ੍ਰੋਸ ਕਰ ਸਕਦੇ ਹਾਂ। ਬਾਕੀ ਇਹ ਚੌਂਕ ਹੈ ਇੱਥੇ ਦਾ, ਦੇਖੋ ਉਹ ਦੇਖੋ ਆਪਣੀ ਆ ਗਏ ਨਾ, ਲਾਈਟ ਹੋ ਚੁੱਕੀ ਹੈ, ਹੁਣ ਆਪਾਂ ਅੱਗੇ ਟਰੈਵਲ ਕਰ ਰਹੇ ਹਾਂ। ਵਧੀਆ ਯਾਰ ਇਹ ਚੀਜ਼ਾਂ, ਇਹ ਰੂਲ ਵਾਲੇ ਸਖ਼ਤ ਨੇ, ਇਹੀ ਗੱਲ ਕਰਕੇ ਟ੍ਰੈਫਿਕ ਮੇਨਟੇਨ ਵੀ ਹੁੰਦੀ ਹੈ। ਟ੍ਰੈਫਿਕ ਨੋ ਡਾਊਟ ਹੁੰਦੀ ਬਹੁਤ ਹੈ, ਠੀਕ ਹੈ, ਪਰ ਮੇਨਟੇਨ ਈਜ਼ਲੀ ਹੋ ਜਾਂਦੀ ਹੈ। ਹੁਣ ਜੇ ਦੇਖੋ ਕਿਸੇ ਕੋਈ ਬੰਦਾ ਜਿਵੇਂ ਅੱਗੇ ਵੀ ਆ ਗਿਆ ਉਰੇ ਟ੍ਰੈਫਿਕ ਦੇ, ਹੈ ਨਾ, ਤਾਂ ਸਾਰੀ ਗੱਡੀਆਂ ਰੁਕ ਜਾਣਗੀਆਂ। ਆਪਣੇ ਇੰਡੀਆ ਵਾਲਾ ਕੰਮ ਨਹੀਂ ਹੈਗਾ ਵੀ ਐਕਸੀਡੈਂਟ ਵੀ ਹੋ ਜੂਗਾ, ਉਰੇ ਹੁੰਦੇ ਨੇ ਐਕਸੀਡੈਂਟ, ਬਟ ਮਤਲਬ ਬਹੁਤ ਮੇਜਰ ਹੁੰਦੇ ਨੇ, ਉਹ ਵੀ ਕਹਿ ਦਈਏ ਵੀ ਇਹੋ ਜਿਹੇ ਨਹੀਂ ਹੁੰਦੇ ਵੀ ਜੇ ਕੋਈ ਅੱਗੇ ਆ ਗਿਆ ਉਸਦੇ। ਇੱਕ ਹੋਰ ਚੀਜ਼ ਦਿਖਾਵਾਂ, ਮੈਂ ਹੁਣ ਸਟੋਪ 'ਤੇ ਖੜ੍ਹ ਚੁੱਕਿਆ, ਠੀਕ ਹੈ। ਇਹ ਨਾ ਇੱਥੇ ਇੱਕ ਨੰਬਰ, ਸਪੈਸੀਫਿਕ ਨੰਬਰ ਦਿੱਤਾ ਗਿਆ ਹੁੰਦਾ ਹੈ, ਠੀਕ ਹੈ, ਜਿਹਦੇ 'ਤੇ ਤੁਸੀਂ ਟੈਕਸਟ ਕਰੋਗੇ ਅਤੇ ਤੁਹਾਨੂੂੰ ਨੈਕਸਟ ਬੱਸ ਪਤਾ ਚੱਲ ਜੂਗੀ। ਹੁਣ ਮੈਂ ਤੁਹਾਨੂੰ ਆਪਣੀ ਨੈਕਸਟ ਬੱਸ ਦਿਖਾਉਂਦਾ ਵੀ ਕਿੰਨੇ ਵਜੇ ਹੈ। ਇਹ ਨੰਬਰ ਸੀਗਾ 104 ਅਤੇ 104 ਡਾਇਲ ਕੀਤਾ ਆਪਾਂ, ਅਤੇ ਨੈਕਸਟ ਬੱਸ ਦਿਖਾ ਰਿਹਾ। ਇੱਕ ਮੇਰੀ ਡਿਊ ਚੱਲ ਰਹੀ, ਇੱਕ 16 ਮਿੰਟ ਦੇ ਬਾਅਦ ਦਿਖਾਉਂਦਾ ਪਿਆ, ਮੇ ਬੀ ਸ਼ਾਇਦ ਤੁਹਾਨੂੰ ਦਿਖਦੀ ਪਵੇ, ਆਹ ਦੇਖੋ 16 ਮਿੰਟ ਦੇ ਬਾਅਦ ਬੱਸ ਦਿਖਾਉਂਦਾ ਪਿਆ, ਇੱਕ ਡਿਊ ਹੋਊਗੀ, ਠੀਕ ਹੈ। ਉਸ ਤੋਂ ਬਾਅਦ 20 ਮਿੰਟ 'ਤੇ, 34 ਮਿੰਟ 'ਤੇ, ਅਤੇ ਇਹ ਇੱਥੇ ਤੁਸੀਂ ਬੱਸ ਈਜ਼ੀਲੀ ਮਤਲਬ ਲੱਭ ਸਕਦੇ ਹੋ, ਠੀਕ ਹੈ। ਬਸ ਤੁਸੀਂ ਆਹ SMS ਕਰਨਾ ਹੈ, ਨੈਕਸਟ ਬੱਸ ਲਿਖੀ ਹੋਈ ਨਾ, ਇਹ ਹੋ ਗਿਆ। ਅਤੇ ਬਾਕੀ ਇਹ ਜਿਹੜੀ ਬਲੂ ਨਾਈਟ ਸਰਵਿਸ ਹੈ, ਇਹ ਰਾਤ ਦੀ ਬੱਸਾਂ ਹੁੰਦੀਆਂ, ਜਿਵੇਂ 307 ਲਿਖਿਆ ਹੋਇਆ, 160 ਲਿਖਿਆ ਹੋਇਆ, 7 ਲਿਖਿਆ ਹੋਇਆ, ਹੈ ਨਾ, ਇਹ ਜਿਹੜੀ ਰੈੱਡ ਵਾਲੀਆਂ ਨੇ ਇਹ ਦਿੰਦੀਆਂ ਨੇ। ਬਾਕੀ ਇਹ ਰਾਤ ਦੇਖ ਰਹੇ ਹੋਣੇ, ਹੈ ਨਾ, ਇੱਥੇ ਜਾ ਕੇ ਟੈਪ ਕਰਨਾ ਹੁੰਦਾ ਇਹ ਜਿਹੜਾ ਆਪਣਾ ਪਾਸ ਹੈ, ਤਾਂ ਉਹਦੇ ਨਾਲ ਤੁਹਾਡਾ ਫੇਅਰ ਕੱਟ ਦੂੰਗਾ ਸਾਰਾ। ਇਹ ਆਪਣੀ ਬੱਸ ਹੈਗੀ ਹੈ, ਸੀਗੇ ਸਬਵੇ ਸਟੇਸ਼ਨ, ਐਂਡ ਹੁਣ ਆਪਾਂ ਇੱਥੇ ਤੋਂ ਲਵਾਂਗੇ ਸਬਵੇ। ਤੁਸੀਂ ਮੈਂ ਤੁਹਾਨੂੰ ਦੱਸਾਂਗਾ ਕਿਵੇਂ ਲਈ ਜਾਂਦੀ ਹੈ ਸਬਵੇ ਇੱਥੇ 'ਤੇ, ਐਂਡ ਤੁਸੀਂ ਦੇਖ ਰਹੇ ਹੋਵੋਗੇ, ਹੈ ਨਾ, ਇੱਥੇ ਲਿਖਿਆ ਹੋਇਆ ਨਾ ਟੂ ਟ੍ਰੇਨ ਐਂਡ ਸਟਰੀਟਸ, ਤਾਂ ਇਹਦਾ ਮਤਲਬ ਹੈ ਵੀ ਆਪਾਂ ਨੀਚੇ ਸਬਵੇ 'ਚ ਜਾਣਾ ਹੈ, ਠੀਕ ਹੈ। ਬਾਕੀ ਐਵੇਂ ਦੇ ਐਸਕਲੇਟਰ ਲੱਗੇ ਹੁੰਦੇ ਨੇ ਇੱਥੇ।
1 hour later. ਤੁਸੀਂ ਨਾ ਸਬਵੇ ਤੋਂ ਨਿਕਲਦੇ ਹੋ ਤਾਂ ਨਿਕਲਦੇ ਹੀ ਤੁਸੀਂ ਮਾਲ ਚ ਐਂਟਰ ਹੋ ਜਾਂਦੇ ਹੋ, ਠੀਕ ਹੈ? ਰਾਈਟ ਹੈਂਡ ਸਾਈਡ ਤੇ ਜੇ ਤੁਸੀਂ ਆਉਂਗੇ ਨਾ ਇਸ ਪੋਰਸ਼ਨ ਤੋਂ ਤੇ ਇਹਦੇ ਚ ਮਾਲ ਚ ਐਂਟਰ ਹੋ ਜਾਂਦੇ ਹੋ। ਇਹ ਈਟਨ ਸੈਂਟਰ ਹੈਗਾ, ਠੀਕ ਹੈ? ਤੇ ਤੁਸੀਂ ਸ਼ਾਪਿੰਗ ਕਰਨੀ ਹੈ ਤਾਂ ਤੁਸੀਂ ਜਾ ਵੀ ਸਕਦੇ ਹੋ। ਆਪਾਂ ਪਹੁੰਚ ਚੁੱਕੇ ਹਾਂ ਡੰਡਾ ਸਕੇਅਰ, ਤੁਸੀਂ ਦੇਖ ਸਕਦੇ ਹੋ, ਠੀਕ ਹੈ? ਇਹ ਮਾਲ ਹੈਗਾ, ਈਟਨ ਸੈਂਟਰ ਕਹਿੰਦੇ ਇਹਨੂੰ, ਤੁਹਾਨੂੰ ਮੈਂ ਬਾਹਰੋਂ ਵੀ ਦਿਖਾਉਣਾ। ਬਾਕੀ ਇਹ ਮੋਸਟ ਹੈਪਨਿੰਗ ਸਟਰੀਟ ਹੈ, ਇਹ ਸਭ ਤੋਂ ਜ਼ਿਆਦਾ ਘੈਂਟ ਸਟਰੀਟ, ਠੀਕ ਹੈ, ਟੋਰੋਂਟੋ ਦੀ। ਤੁਸੀਂ ਆਹ ਦੇਖੋ ਉੱਤੇ ਸਕਰੀਨਸ ਚੱਲ ਰਹੀਆਂ ਨੇ, ਰਾਤ ਨੂੰ ਬਹੁਤ ਜ਼ਿਆਦਾ ਕਹਿ ਦਈਏ ਨੈਕਸਟ ਲੈਵਲ ਚੀਜ਼ ਹੁੰਦੀ ਹੈ ਇੱਥੇ, ਠੀਕ ਹੈ? ਜਦੋਂ ਦਿਲਜੀਤ ਦਾ ਕੌਂਸਰਟ ਹੁੰਦਾ ਹੈ ਤਾਂ ਉਹ ਵੀ ਇੱਥੇ ਸਕਰੀਨਸ 'ਤੇ ਚੱਲ ਰਿਹਾ ਹੁੰਦਾ ਹੈ। ਬਾਕੀ ਇਹ ਸਾਹਮਣੇ ਇੱਕ ਬੱਸ ਜਾਂਦੀ ਹੈਗੀ ਹੈ, ਇਹ ਪੂਰਾ ਟੋਰੋਂਟੋ 'ਚ ਘੁੰਮਾਉਂਗੀ ਤੁਹਾਨੂੰ, ਠੀਕ ਹੈ? ਜੇ ਤੁਸੀਂ ਘੁੰਮਣਾ ਚਾਹੁੰਦੇ ਹੋ ਇੱਥੇ, ਕਿਉਂਕਿ ਉਹ ਉੱਤੇ ਬਹਿ ਕੇ ਸਾਰੇ ਵਿਊਜ਼ ਦਿਖਾਉਂਦੇ ਹੈ, ਬਹੁਤ ਸੋਹਣਾ ਕਹਿ ਦਈਏ ਨੈਕਸਟ ਲੈਵਲ ਵਿਊ ਹੈ ਯਾਰ ਇੱਥੇ, ਅਤੇ ਬਹੁਤ ਦਿਲ ਲੱਗਦਾ ਹੈ, ਸਪੈਸ਼ਲੀ ਜਦੋਂ ਵੀਕਐਂਡ ਹੁੰਦਾ ਉਦੋਂ। ਅਤੇ ਇਹ ਹੈਗਾ ਈਟਨ ਸੈਂਟਰ, ਤੁਸੀਂ ਸਾਈਡ ਦੇਖ ਸਕਦੇ ਹੋ, ਉਹਨਾਂ ਬਿਲਕੁਲ ਸਾਹਮਣੇ ਲਿਖਿਆ CF ਟੋਰੋਂਟੋ ਈਟਨ ਸੈਂਟਰ, ਠੀਕ ਹੈ? ਇਹ ਹੈਗਾ ਡੰਡਾ ਸਟਰੀਟ, ਸਭ ਤੋਂ ਹੈਪਨਿੰਗ ਸਟਰੀਟ ਮੰਨੀ ਜਾਂਦੀ ਹੈ ਇਹ ਦੇਖੋ ਤੁਸੀਂ, ਪੂਰੀ ਐਡਵਰਟਾਈਜ਼ਮੈਂਟਸ ਚੱਲ ਰਹੀਆਂ ਨੇ, ਕਿਤੇ ਵੀ ਦੇਖ ਲਓ ਚਾਰੇ ਪਾਸੇ ਐਡਵਰਟਾਈਜ਼ਮੈਂਟਸ ਹੀ ਨੇ। ਬਹੁਤ ਹੈਪਨਿੰਗ ਸਟਰੀਟ ਮੰਨੀ ਜਾਂਦੀ ਹੈ ਅਤੇ ਬਹੁਤ ਹੈਪਨਿੰਗ ਮਾਲ ਹੈ, ਕਾਫੀ ਵੱਡਾ ਮਾਲ ਹੈ ਇਹ, ਠੀਕ ਹੈ? ਸਭ ਤੋਂ ਸੋਹਣਾ ਮਾਲ ਮੰਨਿਆ ਜਾਂਦਾ ਇਹ। ਐਂਡ ਇਸ ਤੋਂ ਇਲਾਵਾ ਹੋਰ ਵੀ ਕਾਫੀ ਮਾਲ ਨੇ, ਬਟ ਇਹ ਕਹਿ ਦਈਏ ਪੂਰੇ ਡਾਊਨ ਟਾਊਨ ਦਾ ਸਭ ਤੋਂ ਘੈਂਟ ਵਾਲਾ ਮਾਲ ਹੈ ਇਹ। ਬਾਕੀ ਜਿਵੇਂ ਹੋਰ ਬ੍ਰਾਂਡਸ ਹੋ ਗਏ, ਗੂਚੀ ਵਗੈਰਾ ਹੋ ਗਏ, ਹੈ ਨਾ, ਪਰਾਡਾ, ਉਹਨਾਂ ਦੇ ਸੈਪਰੇਟਸ ਕਹਿ ਦਈਏ ਸ਼ੋਰੂਮਸ ਨੇ, ਉਹ ਕਿਤੇ ਹੋਰ ਨੇ। ਜੇ ਮੈਂ ਉਸ ਸਾਈਡ ਗਿਆ ਕਦੇ, ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗਾ, ਠੀਕ ਹੈ? ਇੱਥੇ ਮਤਲਬ ਆਲਮੋਸਟ ਸਾਰੀ ਬ੍ਰਾਂਡਸ ਹੈਗੀਆਂ ਨੇ, ਬਟ ਇੱਥੇ ਜੇ ਕੋਈ ਸ਼ੋਪਿੰਗ ਦਾ ਚਾਹਵਾਨ ਹੈਗਾ ਤਾਂ ਉਹ ਈਜ਼ੀਲੀ ਜਾ ਸਕਦਾ ਹੈ ਅਤੇ ਸ਼ੋਪਿੰਗ ਕਰਕੇ ਆ ਸਕਦਾ। ਬਾਕੀ ਉਰੇ ਬੜਾ ਮਜ਼ਾ ਆਉਂਦਾ ਯਾਰ, ਜਦ ਮਰਜ਼ੀ ਆ ਜਾਓ, ਭਾਵੇਂ ਦਿਨ 'ਚ ਆ ਜਾਓ, ਸਪੈਸ਼ਲੀ ਜਿਹੜੇ ਵੀਕਐਂਡਸ ਹੁੰਦੇ ਨੇ ਉਹ ਤਾਂ ਬਹੁਤ ਹੈਪਨਿੰਗ ਹੁੰਦੇ ਨੇ ਇੱਥੇ, ਬਹੁਤ ਰੌਣਕ ਲੱਗਦੀ ਹੈ, ਠੀਕ ਹੈ? ਬਾਕੀ ਤੁਸੀਂ ਸਬਵੇ ਈਜ਼ੀਲੀ ਲੈ ਸਕਦੇ ਹੋ, ਸਾਹਮਣੇ ਤੋਂ ਵੀ ਲੈ ਸਕਦੇ ਹੋ, ਇੱਕ ਉਹਦੇ ਥੱਲੇ ਤੋਂ ਵੀ ਲੈ ਸਕਦੇ ਹੋ, ਕਿਤੇ 'ਤੇ ਵੀ ਆਪਾਂ ਪੂਰੇ ਸਬਵੇ ਲੈ ਸਕਦੇ ਹੋ। ਇੱਕ ਸਟਰੀਟ ਕਾਰਸ ਜਾ ਰਹੀਆਂ ਨੇ, ਆਹ ਦਿਖ ਰਹੇ ਨੇ ਤੁਹਾਨੂੰ ਲਾਲ ਜੀ, ਇਹ ਸਟਰੀਟ ਕਾਰਸ ਨੇ ਗਾਇਜ਼, ਸਟਰੀਟ ਕਾਰ ਆ ਗਈ ਹੈ, ਠੀਕ ਹੈ? ਇਹ ਵੀ ਮਤਲਬ ਕਹਿ ਦਈਏ ਟੋਰੋਂਟੋ ਦੇ ਕਾਫੀ ਰੀਜਨਸ 'ਚ ਜਾਂਦੀ ਹੈ, ਜੇ ਤੁਸੀਂ ਸਟਰੀਟ ਕਾਰਸ 'ਤੇ ਜਾਣਾ ਚਾਹੁੰਦੇ ਹੋ ਉੱਥੇ ਵੀ ਜਾ ਸਕਦੇ ਹੋ। ਬਾਕੀ ਇੱਥੇ ਸਟੇਜ ਲੱਗੀ ਹੋਈ ਹੈ, ਇੱਥੇ ਸ਼ੋਅਜ਼ ਵਗੈਰਾ ਵੀ ਹੁੰਦੇ ਨੇ, ਬਿਲਕੁਲ ਇਹ ਈਟਨ ਸੈਂਟਰ ਦੇ ਬਾਹਰ ਵਾਲੀ ਹੈ ਥਾਂ ਜਿੱਥੇ ਸ਼ੋਅ ਵਗੈਰਾ ਹੁੰਦੇ ਨੇ, ਠੀਕ ਹੈ? ਬਹੁਤ ਸਹੀ ਮਾਹੌਲ ਹੈਗਾ ਇੱਥੇ, ਤੁਸੀਂ ਦੇਖ ਸਕਦੇ ਹੋ ਯਾਰ, ਬੜਾ ਦਿਲ ਲੱਗਦਾ ਹੈ ਇੱਥੇ ਕਹਿ ਦਈਏ, ਕਿਉਂਕਿ ਹਰ ਕਲਚਰ ਦਾ ਬੰਦਾ, ਹਰ ਤਰ੍ਹਾਂ ਦੇ ਬੰਦੇ ਆਉਂਦੇ ਨੇ ਇੱਥੇ, ਗੋਰੇ ਤੋਂ ਲੈ ਕੇ, ਠੀਕ ਹੈ, ਕਾਲਿਆਂ ਤੱਕ, ਕਾਲਿਆਂ ਤੋਂ ਲੈ ਕੇ ਪੂਰੇ ਮਤਲਬ ਮੈਕਸੀਕਨਸ ਹੋ ਗਏ, ਸਾਰੇ ਹੋ ਗਏ, ਮਤਲਬ ਸਾਰੇ ਤੁਹਾਨੂੰ ਇੱਥੇ ਮਿਲਣਗੇ। ਵੀ ਪੂਰਾ ਮਜ਼ਾ ਆਉਂਦਾ ਯਾਰ ਇੱਥੇ, ਕੋਈ ਤੁਹਾਨੂੰ ਜੱਜ ਨਹੀਂ ਕਰਦਾ, ਠੀਕ ਹੈ? ਤਾਂ ਕੁਛ ਵੀ ਕਰ ਸਕਦਾ ਬੰਦਾ, ਇੰਜੋਏ ਕਰਦਾ, ਫਨ ਕਰਦਾ ਪੂਰਾ। ਬਾਕੀ ਚਾਰੇ ਪਾਸੇ ਖਾਣ ਪੀਣ ਨੂੰ ਥਾਵਾਂ ਨੇ, ਠੀਕ ਹੈ, ਜੋ ਤੁਹਾਡਾ ਦਿਲ ਕਰਦਾ ਉਹ ਤੁਸੀਂ ਖਾ ਸਕਦੇ ਹੋ, ਠੀਕ ਹੈ? ਐਂਡ ਬਾਕੀ ਇੱਥੇ ਨਾ ਕਿਆ ਨਾਮ ਹੈ, ਇੱਥੇ ਬਲੇਜ਼ ਪੀਜ਼ਾ ਕਰਕੇ ਹੈ, ਠੀਕ ਹੈ? ਇਹ ਬਹੁਤ ਮਸ਼ਹੂਰ ਹੈ, ਇਹ ਕਹਿ ਦਈਏ ਵੀ ਮਤਲਬ ਜਿਹੜੇ ਪੀਜ਼ਾ ਦੇ ਚਾਹਵਾਨ ਨੇ ਨਾ, ਉਹਨਾਂ ਨੂੰ ਤਾਂ ਕਹਿ ਦਈਏ ਵੀ ਬਹੁਤ ਹੀ ਸਵਾਦ ਪੀਜ਼ਾ ਮਿਲੂੰਗਾ ਇੱਥੇ, ਬਲੇਜ਼ ਪੀਜ਼ਾ, ਮਤਲਬ ਜੋ ਕਿ ਮੈਂ ਰਿਕਮੈਂਡ ਕਰਦਾ, ਹਾਈਲੀ ਰਿਕਮੈਂਡ। ਹੁਣ ਮੈਂ ਨਾ ਐਕਚੁਲੀ ਇੱਕ ਟੇਬਲ ਲੈਣਾ ਸੀਗਾ ਘਰ ਵਾਸਤੇ, ਠੀਕ ਹੈ, ਮੈਨੂੰ ਛੋਟੇ ਟੇਬਲ ਚਾਹੀਦੇ ਸੀਗੇ, ਅਤੇ ਫਿਰ ਮੈਂ ਆਈਕੀਆ ਚੱਲਿਆ ਏ, ਅਤੇ ਇੱਧਰ ਮੈਂ ਮੈਪ ਤਾਂ ਲਗਾ ਲਿਆ, ਕਿਉਂਕਿ ਯਾਰ ਇੱਧਰ ਥੋੜ੍ਹੀ ਜਿਹੀ ਡਿਫੀਕਲਟੀ ਹੁੰਦੀ ਹੈ, ਮੈਂ ਵੀ ਨਵਾਂ ਨਵਾਂ ਹੈਗਾ ਏ, ਹੈ ਨਾ, ਬਟ ਇੱਧਰ ਗੂਗਲ ਬਾਬਾ ਜੀ ਜਿੰਦਾਬਾਦ ਨੇ ਆਪਣੇ, ਠੀਕ ਹੈ, ਮੈਨੂੰ ਥੋੜ੍ਹਾ ਜਿਹਾ ਤਾਂ ਪਤਾ, ਮੈਂ ਇੱਕ ਵਾਰ ਤਾਂ ਆ ਚੁੱਕਿਆ ਇੱਥੇ, ਅਤੇ ਹੁਣ ਮੈਂ ਜਾ ਕੇ ਆਉਂਦਾ ਏ ਉੱਥੇ, ਠੀਕ ਹੈ, ਆਈਕੀਆ ਜਾ ਰਿਹਾ ਏ ਅਤੇ ਉੱਥੇ ਟੇਬਲ ਖਰੀਦਣਾ ਏ, ਦੇਖਦੇ ਹਾਂ, ਨਾਲੇ ਤੁਹਾਨੂੰ ਦਿਖਾਉਂਦੇ, ਨਾਲੇ ਮੈਂ ਤੁਹਾਨੂੰ ਆਈਕੀਆ ਦਿਖਾਵਾਂਗਾ ਇੱਥੇ ਦਾ, ਠੀਕ ਹੈ? ਮਤਲਬ ਤੁਸੀਂ ਈਜ਼ੀਲੀ ਲੈ ਸਕਦੇ ਹੋ ਕੁਛ ਵੀ, ਸਪੈਸ਼ਲੀ ਘਰਾਂ ਦੀ ਆਈਟਮ ਹੋ ਗਈ ਜਿਹੜੀ। ਆਈਕੀਆ ਪਹੁੰਚ ਗਏ ਆਪਾਂ, ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਆਈਕੀਆ ਪੈਂਦਾ, ਇਹ ਡੰਡਾ ਸਟਰੀਟ ਦੇ ਮਤਲਬ ਉੱਤੇ ਹੀ ਪੈਂਦਾ ਇਹ, ਬਿਲਕੁਲ ਸਾਹਮਣੇ ਆ ਕੇ। ਬਾਕੀ ਤੁਸੀਂ ਗੂਗਲ ਦੇ ਥਰੂ, ਗੂਗਲ ਮੈਪਸ ਦੇ ਥਰੂ ਦੇਖ ਸਕਦੇ ਹੋ, ਠੀਕ ਹੈ, ਇਹ ਉਹੀ ਬੱਸ ਜਾਂਦੀ ਪਈ ਹੈ ਜਿਹੜੇ 'ਚ ਮੈਂ ਤੁਹਾਨੂੰ ਦੱਸਦਾ ਪਿਆ ਸੀਗਾ, ਜਾਂ ਉਹਦੇ 'ਚ ਨਾਲ ਮੈਨੂੰ ਲੱਗਦਾ ਉੱਤੇ ਕੁਛ ਗਾ ਰਿਹਾ ਹੈ ਜਾਂ ਕੁਛ ਗਾਈਡ ਕਰ ਰਿਹਾ, ਬਟ ਆਈ ਡੋਂਟ ਨੋ,
एंड जो तुम जाना ये बुक कर सकते हो, इजीली बुक हो जाती है। बाकी ये आईकिया है उरे, काफ़ी बड़ा आईकिया उरे टोरंटो का, मेन डंडा स्ट्रीट पे कह दिए। ठीक है, अगे बैंक आ गया BMO। ठीक है, चलो थोनू मैं अंदर जाके दिखाना थोड़ा जहा, काफ़ी चीज़ा ने उरे। तो देख सकते हो ये स्टूल चाहिए ने मैं एक्चुअली, थोड़े घर की आइटम वाली मिलनगियाँ थानू गए तुरे। इतने काउचिज लिए काउच भी बथेरे मिल जाते हैं उरे, एंड तुम आ देख सकते हो एवं का है अपनी कंफर्ट के हिसाब न आईकिया चो, मतलब सारी घर की आइटम मिल दी ने गाइज। इतने बैड तो लेके कुर्सियाँ तक, कुर्सियाँ तो स्टूल्स तक, सब कुछ जो भी तुम चाहते हो। वर्थ इट है यार, मतलब चीज़ा घेंट होंगे और सारिया नवी चीज़ा, ईवन के होम डिलीवरी भी कर देंगे ने, जो मैनू चाहिए वो इस पोर्शन च मैं लग नहीं रहा। थोड़ा घूमना पैना, मैं घूम के देखना पैना, सराने वगैरह हो गए, पिलोस या होर चीज़ा हो गई। ठीक है, बाकी पूरे बॉक्स मिलते हैं जिन्हे थ्रू तुसी किते अपना समान इधर उधर कर सकते हो, तो बॉक्स बाद च भी यूज हो जाते हैं। ठीक है जी, एंड मैं हले मेरे वाली चीज़ दिखती नहीं पी, जो मैं देख रहा सीगा वो देखो सामने मिरर्स भी दिख रहे होने थोड़ा, मिरर्स हो गए या और कुछ हो गया, सब कुछ सामने देखो तुम। ये मिरर वगैरह हो गए, ठीक है, ये पूरा ड्रॉअर हो गया। मैंने एक छोटे टेबल चाहिए ने, वो इधर नहीं है शायद, मे बी दूसरे पोर्शन च होंगे। फाइनली मैं मेरा टेबल मिल चुके है, जो कि है $14 $15 का पै रहा है। सही है, मैं यह टेबल भालता स मिल चुके हैं, बाकी देखते हैं हूँ पूछते उन्होंने। अपन टेबल का मिल चुके हैं, देखते हैं इन्होंने को अवेलेबल हैगा या नहीं हैगा। कई बार एवं होंगे ना भी चीज़ा नहीं अवेलेबल होंगे, फिर ये या तो मंगवा के देंगे ने या जो भी हो दसणगे, बट मैं ये टेबल बहुत जरूरी चाहिए सके, क्योंकि यार घर च टेबल नहीं है, छोटे छोटे टेबल तुम्हें पता मैंडेटरी होंगे हर घर ची, मैं चाहिए सके, तो देखते हैं मिलते हैं नहीं मिलते। सो गाइस टेबल तो मिल चुके है, बट ये वाले स्टोर पर अवेलेबल नहीं सीगा, जिथे मैं रहना है वो नेड़े इतने आईकिया का स्टोर है, उत्थे अवेलेबल हैगा। चलो प्लस पॉइंट भी हैगा कि मैं चक के लेके जाना पैना सी, बट हुण मैं उत्थे ही मिल जूगा, तो मैं जावांगा उत्थे ते पिक करके लेके आवांगा। तो बाकी हुण मैं दोबारा ईटन सेंटर चलिया, इतने ना एक बबल टी हैगी है बहुत मशहूर, ठीक है, बहुत टेस्टी होंगी है, तो वह तुम्हें दिखाऊँगा भी। दसा दी ना मैं ब्लेज पिज़्ज़ा बड़ा पसंद है इतने का, तो मैं बनवा लिया, वो मेरा पिज़्ज़ा बनता पाया, बड़ा ही अम्मी पिज़्ज़ा है। बाकी मैं भुख लगती पई सी, इतने तुम किसी भी टाइप का पिज़्ज़ा बनवा सकते हो, वैज ही हो गया नॉन वैजीटेरियन हो गया, दैट इज़ अप टू यू। ओके, तुम आयो एक बार जरूर खा के जाए पिज़्ज़ा, तो सामने बना देने ये सब कुछ, टॉपिंग वगैरह भी थोड़े सामने पाओगे सब कुछ। ये पिज़्ज़ा तैयार हो गया सीगा, तो देख सकते हो बहुत ही टेस्टी बनाते हैं सामने डंडास्केयर। सुबह ये हैगी इतने की बबल टी, बहुत मशहूर है, ईटन सेंटर के अंदर हैगा इन्हों का, तुम इतों ले सकते हो, थोड़े सामने फ्रैश बना के देंगे ने, उसे तो आप भी तैयार कर सकते हो सेल्फ सर्विस। गाइस आप ले ली सी बबल टी, हूँ आप जाते पे हाँ घर, वो सामने सबवे स्टेशन हैगा, इधरों इधरों सबवे फड़ के चलते हैं आपां। ਅਜੇ ਨਾਲ ਹੀ ਮੈਂ ਆਪਣਾ ਅੱਜ ਦਾ ਵਲੌਗ ਇੱਥੇ ਡਨ ਕਰਦਾ। ਮੈਨੂੰ ਉਮੀਦ ਹੈ ਤੁਹਾਨੂੰ ਮੇਰਾ ਅੱਜ ਦਾ ਵਲੌਗ ਬਹੁਤ ਹੀ ਵਧੀਆ ਲੱਗਿਆ ਹੋਣਾ। ਆਉਣ ਵਾਲੇ ਵਲੌਗ ਦੇ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਮਾਈ ਚੈਨਲ ਨੇਮ ਇਜ਼ ਕਿਰਨ ਨੇਸ਼ਨ, ਅਤੇ ਮੈਨੂੰ ਇੰਸਟਾ 'ਤੇ ਫੋਲੋ ਕਰਿਓ, ਮਾਈ ਇੰਸਟਾਗ੍ਰਾਮ ਨੇਮ ਇਜ਼ ਕਿਰਨ ਦੀ ਪ੍ਰਾਈਵੇਟ ਵਲੌਗਸ। ਓਕੇ, ਪੀਸ ਆਊਟ।